ਪੰਜਾਬ ਵਿੱਚ ਸਬਜ਼ੀਆਂ ਦੀਆਂ ਕੀਮਤਾਂ ਅਸਮਾਨ ਨੂੰ ਛੂ ਰਹੀਆਂ ਨੇ। ਸੰਗਰੂਰ ਦੀ ਸਬਜ਼ੀ ਮੰਡੀ ਵਿੱਚ ਬਰੋਕਲੀ 600 ਰੁਪਏ, ਟਮਾਟਰ 100 ਰੁਪਏ, ਗੋਭੀ 100 ਰੁਪਏ, ਪਿਆਜ਼ 50 ਰੁਪਏ ਤੇ ਮਸ਼ਰੂਮ 250 ਰੁਪਏ ਕਿਲੋ ਤੋਂ ਪਾਰ ਮਿਲ ਰਿਹਾ। ਸਬਜ਼ੀ ਵਿਕਰੇਤਾਵਾਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਪੈ ਰਹੀ ਗਰਮੀ ਤੇ ਪਹਾੜਾਂ ਵਿੱਚ ਹੋ ਰਹੀ ਬਰਸਾਤ ਦੇ ਕਾਰਨ ਸਬਜ਼ੀਆਂ ਦੇ ਭਾਅ ਵੱਧ ਰਹੇ ਨੇ। ਉੱਥੇ ਹੀ ਲੋਕਾਂ ਦਾ ਕਹਿਣਾ ਹੈ ਕਿ ਸਬਜ਼ੀਆਂ ਦੇ ਵਧੇ ਭਾਅ ਨੇ ਉਹਨਾਂ ਦੇ ਬਜਟ ਹਿਲਾ ਦਿੱਤੇ ਨੇ। ਸਰ ਜੀ, ਕਾਰਨ ਇਹ ਕਿ ਗਰਮੀ ਕਰਕੇ ਹੈ ਨਾ, ਸਬਜ਼ੀਆਂ ਥੋੜ੍ਹਾ ਮਰ ਗਿਆ, ਕੁਝ ਬਰਸਾਤ ਹੋ ਗਈ ਤਾਂ ਮਰ ਗਏ ਸਬਜ਼ੀਆਂ, ਅਤੇ ਇਸ ਕਰਕੇ ਟਮਾਟਰ ਮਹਿੰਗਾ ਹੋ ਗਈ, ਬਾਕੀ ਸਬਜ਼ੀਆਂ ਲੋਕਲ ਸੀ ਉਹ ਵੀ ਮਹਿੰਗਾ ਹੋ ਗਿਆ, ਹੁਣ ਗਰਮੀ ਕਰਕੇ ਸਬਜ਼ੀਆਂ ਮਰ ਗਿਆ ਤਾਂ ਮਹਿੰਗੀ ਹੋ ਗਈ। ਸਬਜ਼ੀ ਦੇ ਵਿੱਚ ਸਾਰੇ ਕੁਝ ਮਹਿੰਗੇ, ਗੋਭੀ ਮਹਿੰਗੀ ਹੈ, ਭਿੰਡੀ ਕਰਾਲਾ ਉਹ ਮਹਿੰਗਾ ਹੋ ਗਿਆ, ਕਰਾਲਾ ਹੁਣ ਫਸਲ ਨਹੀਂ ਉਹ ਵੀ ਮਹਿੰਗਾ ਹੋ ਗਿਆ, ਟਮਾਟਰ ਮਹਿੰਗਾ ਹੋ ਗਿਆ, ਪਿਆਜ਼ ਮਹਿੰਗਾ ਹੋ ਗਿਆ। ਇਹ ਹਫ਼ਤੇ ਦੇ ਵਿੱਚ ਪਿਆ ਜੀ, ਬਾਹਰੋਂ ਤੱਕ ਗੋਭੀ ਆਉਂਦਾ ਸੀ, ਬਾਹਰ ਬਾਰਿਸ਼ ਹੋ ਰਿਹਾ ਜੀ, ਉਰੇ ਆਪਣੇ ਪੰਜਾਬ 'ਚ ਨਹੀਂ ਵਰਤਦਾ, ਉਹ ਲੋਕਲ ਸਬਜ਼ੀਆਂ ਗਰਮੀ ਕਰਕੇ ਮਰ ਗਈ, ਅਤੇ ਗੋਭੀ ਹਿਮਾਚਲ 'ਚ ਆਉਂਦਾ ਉੱਧਰ ਬਾਰਿਸ਼ ਜ਼ਿਆਦਾ ਹੋ ਰਿਹਾ। ਪਿਆਜ਼ ਤਾਂ ਖਾਸਾ ਹੀ ਫਰਕ ਪੈ ਗਿਆ, 50 ਰੁਪਏ ਕਿਲੋ ਹੋ ਗਏ ਪਿਆਜ਼ ਜੀ, ਪਹਿਲੇ ਸੀ 20-30 ਰੁਪਏ ਕਿਲੋ ਪਿਆਜ਼ ਸੀ, ਟਮਾਟਰ ਪਹਿਲੇ ਸੀ 40-50, ਹੁਣ 80-90 ਰੁਪਏ ਦਾ ਮੰਡੀ ਦਾ ਰੇਟ ਹੈ ਜੀ। ਗੋਭੀ ਹੋ ਗਿਆ ਜੀ, ਟਮਾਟਰ ਹੋ ਗਿਆ, ਖੀਰਾ ਹੋ ਗਿਆ, ਸ਼ਿਮਲਾ ਮਿਰਚ ਹੋ ਗਈ, ਹਰਾ ਮਟਰ ਹੋ ਗਿਆ ਜੀ, ਕਹਿੰਦੇ ਨੇ ਇਹ ਸਾਰੇ ਜਿਵੇਂ ਹੁਣ ਪਿਆਜ਼ ਲਾ ਲਓ, ਕਹਿੰਦੇ ਇਹ ਸਾਰੀਆਂ 4-5 ਜਿਹੜੀਆਂ ਮੇਨ ਚੀਜ਼ਾਂ ਨੇ ਆਪਣੀ ਰਸੋਈ ਨੂੰ, ਉਹਨੇ 4-4 ਲਾਉਂਦੇ ਨੇ, ਉਹ ਸਾਰੀ ਸਬਜ਼ੀਆਂ ਤਕਰੀਬਨ ਮਹਿੰਗੀਆਂ ਨੇ, ਕਿਉਂ ਪਿੱਛੇ ਬਾਰਿਸ਼ ਪੈ ਰਹੀ ਹੈ ਹਿਮਾਚਲ 'ਚ, ਅਤੇ ਉਰੇ ਸਬਜ਼ੀਆਂ ਨਹੀਂ ਆ ਰਹੀਆਂ। ਹੁਣ ਆ ਤੁਸੀਂ ਦੁਕਾਨਦਾਰ ਦੀ ਦੇਖ ਲਓ ਵੀ, ਦੁਕਾਨਦਾਰ ਦੇ ਅੱਗੇ ਦੁਕਾਨਾਂ ਭਰੀਆਂ ਹੁੰਦੀਆਂ ਸੀਗੀਆਂ, ਅੱਜ ਕਹਿੰਦੇ ਸਬਜ਼ੀ ਬਹੁਤ ਥੋੜ੍ਹੀਆਂ ਨੇ ਇਹਨਾਂ ਕੋਲ, ਕਿਉਂ ਪਿੱਛੇ ਸਬਜ਼ੀ ਨੇਗੀਆਂ, ਸਬਜ਼ੀਆਂ ਮਹਿੰਗੀਆਂ ਨੇਗੀਆਂ ਜੀ ਸਾਰੀਆਂ, ਤਾਂ ਹੁਣ ਅਸਰ ਤਾਂ ਪੈਂਦਾ ਹੀ ਹੈ ਕਿਤੇ ਨਾ ਕਿਤੇ। ਅਸਰ ਤਾਂ ਜੀ ਤੁਸੀਂ 70% ਅਸਰ ਲਾ ਲਓ ਵੀ, ਰਸੋਈ 'ਤੇ 70% ਅਸਰ ਆ ਜੀ, 30% ਕਹਿੰਦੇ ਨੇ ਘਾਟਾ, 70% ਮਾਰ ਹੀ ਮਾਰ ਹੈ। ਹੁਣ ਤੁਸੀਂ ਐਂ ਲਾ ਲਓ ਹਿਸਾਬ ਵੀ, ਕਹਿੰਦੇ ਨੇ ਜਿਹੜਾ ਬੰਦਾ, ਜਿਹਨੇ ਬੰਦੇ ਨੇ 1.5-2 ਕਿਲੋ ਚੀਜ਼ ਲੈਣੀ ਆ, ਹੁਣ ਉਹ ਪਾਈ 1/2 ਕਿਲੋ ਨਾਲ ਗੁਜ਼ਾਰਾ ਕਰ ਨਹੀਂ ਸਕਦਾ, ਅਤੇ ਇਸ ਕਰਕੇ ਸਬਜ਼ੀਆਂ ਨੂੰ ਹੱਥ ਨਹੀਂ ਪਾਉਂਦਾ, ਕੁਝ ਸਬਜ਼ੀਆਂ ਆ ਵੀ ਘੱਟ ਰਹੀਆਂ ਨੇ, ਕੁਝ ਹੱਥ ਨਹੀਂ ਪਾਉਂਦਾ ਜੀ ਅਗਲਾ, ਤਾਂ ਹੁਣ ਤੁਸੀਂ ਆਪੇ ਹਿਸਾਬ ਲਾ ਲਓ ਵੀ, ਫੋਕਸ ਤਾਂ ਪੈਂਦਾ ਹੀ ਪੈਂਦਾ ਕਹਿੰਦੇ ਸਬਜ਼ੀ ਦੀ ਮਾਰਕੀਟ ਦੇ ਉੱਤੇ। ਕਹਿੰਦੇ ਨੇ ਆਹ ਹੁਣ ਜਿਹੜੀਆਂ ਤੁਸੀਂ ਸਾਹਮਣੇ ਦੇਖ ਰਹੇ ਹੋ, ਕਹਿੰਦੇ ਨੇ ਇਸ ਮਾਰਕੀਟ ਦੇ ਵਿੱਚ ਸਬਜ਼ੀਆਂ ਜਿੱਥੇ 20-30 ਕਿਲੋ ਸਬਜ਼ੀ ਹੋਇਆ ਕਰਦੀ, ਅੱਜ 10-10 ਕਿਲੋ ਸਬਜ਼ੀ ਹਰੇਕ ਦੁਕਾਨ ਦੇ ਉੱਤੇ ਪਈ ਆ, ਉਹਦੇ 'ਚ ਵੀ ਕਹਿੰਦੇ ਨੇ ਮਾਰ ਆ, ਕਿਉਂ ਗੋਭੀ ਆ 100-120, ਟਮਾਟਰ ਆ ਉਹ ਮਹਿੰਗਾ, ਪਿਆਜ਼ ਆ ਉਹ ਮਹਿੰਗਾ, ਹਰੇਕ ਚੀਜ਼ ਦੀ, ਹਰੀ ਸਬਜ਼ੀ ਦੀ ਜਿਹੜੀ ਜਿਹੜੀ ਹਿਮਾਚਲ ਤੋਂ ਸਬਜ਼ੀ ਆਉਂਦੀ ਉਹ ਸਾਰੀ ਤਕਰੀਬਨ ਮਹਿੰਗੀਆਂ ਨੇਗੀਆਂ। ਮਹਿੰਗਾ ਬਹੁਤ ਦੁੱਗਣਾ ਰੇਟ ਹੋਇਆ ਪਿਆ ਜੀ ਅੱਗੇ ਨੂੰ। ਰਸੋਈ ਕਿੰਨੀ ਕੁ ਮਹਿੰਗੀ ਹੋਈ ਹੈ? ਰਸੋਈ ਵੀ ਬਹੁਤ ਜ਼ਿਆਦਾ ਹੋ ਰਹੀ ਹੈ ਜੀ, ਉਹਦਾ ਪੱਤਾ ਸਾਰਾ ਹੀ ਮਹਿੰਗਾ ਮਿਲ ਰਿਹਾ। ਉਹ ਤਾਂ ਜੀ ਗਰੀਬ ਬੰਦਾ ਕਿੱਥੋਂ ਦੇਖ ਕੇ ਘੱਟ ਆਈਏ ਬਣਾਉਂਦਾ। ਕਿਹੋ ਜਿਹੀਆਂ ਸਬਜ਼ੀਆਂ ਖਰੀਦ ਰਹੇ ਹੋ? ਦੇਖਦੇ ਹੁਣ ਭਿੰਡੀ ਲੈਂਦੇ ਜਾਂ ਗਵਾਰਾ ਫਲੀ ਲੈ ਲੈਂਦੇ, ਦੇਖਦੇ ਕੀ ਰੇਟ ਦੇ ਰਹੇ ਨੇ, ਪੁੱਛਣਾ ਜੀ ਹਾਲੇ। ਉਹ ਤਾਂ ਪੈਣਾ ਹੀ ਪੈਣਾ ਜੀ, ਜੇਬ 'ਤੇ ਅਸਰ ਪੈਣਾ।